ਇਸ ਵੀਰ ਦੀ ਅੱਜ ਤੁਸੀਂ ਪੂਰੀ ਸਟੋਰੀ ਸੁਣਿਓ ਤੇ ਦੇਖਿਓ, ਤੁਹਾਨੂੰ ਪਤਾ ਲੱਗੂ ਕਿਸਮਤ ਕਿੱਦਾਂ ਕਿਸ ਕਦਰ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਕੀ ਨਾਮ ਹੈ ਆਪਕਾ? ਸਾਨੀ ਨਾਮ ਹੈ। ਕਹਾਂ ਸੇ ਆਏ? ਗੋਰਖਪੁਰ ਸੇ। ਯੇ ਕੈਸੇ ਹੁਆ ਥਾ? ਮੈਂ ਜੀ ਆਜ ਸੇ 2 ਸਾਲ ਪਹਿਲੇ ਕੰਮ ਕਰ ਰਹੇ ਤੇ ਉਹ ਗਾੜੀ ਸੇ ਹੁਆ। ਕੌਨ ਸੀ ਗਾੜੀ? ਗਾੜੀ ਦਾ ਉਹ ਪਲਟ ਪਲਟ ਗਿਆ ਹਮਾਰੇ ਉੱਪਰ। ਅੱਛਾ, ਫਿਰ ਯਹਾਂ ਕੈਸੇ ਆਏ? ਯਹਾਂ ਪਰ ਤੋ ਪੰਜਾਬੀ ਅੰਕਲ ਇੱਕ ਮਿਲੇ ਉਹ ਲੈ ਕੇ ਆਏ। ਮੰਮੀ ਪਾਪਾ ਕੇ ਆਏ ਤੋ ਕਹਾਂ ਹੈ ਤੁਹਾਰੇ? ਮੰਮੀ ਪਾਪਾ ਇਸ ਦੁਨੀਆ ਮੇਂ ਨਹੀਂ ਹੈ। ਕਭੀ ਯਹਾਂ ਪਰ ਰਹਿ ਕੇ ਬੀਚ ਮੰਗੇ ਨੂੰ ਚਾਰਾ ਕਰਦੇ ਹਾਂ ਆਪਣਾ। ਮਾਰਗ ਬਗਾਤਾ ਹੈ ਤੋ ਇਧਰ ਉਧਰ ਹਟ ਜਾਤੇ ਹੈ। ਔਰ ਰੋਟੀ? ਰੋਟੀ ਕੈਸੇ ਖਾਤੇ? ਰੋਟੀ ਆਂਟੀ ਜੀ ਕੋਈ ਮੰਗਣੇ ਪੇ ਦੇ ਦਿੱਤਾ ਤਾ ਕੋਈ ਖਾ ਲੈਤੇ ਤੇ ਬਸ ਇਹੀ ਦਿੱਕਤ ਹੈ ਕਿ ਆਪਣਾ ਖਾ ਨਹੀਂ ਪਾਤਾ। ਜ਼ਮੀਨ ਕਰ ਕਰ ਤੋ ਅੱਜ ਖਾ ਲੈਤੇ ਜਾਂ ਰੂਲ ਕਰਕੇ ਪਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਰ ਸਨੀ ਕੁਮਾਰ, ਸਨ ਆਫ ਦੇਵ ਕੁਮਾਰ, ਮਾਤਾ ਜੀ ਦਾ ਨਾਂ ਨੀਤੂ ਦੇਵੀ। ਇਹ ਮਾਂ ਪਿਓ ਦੀ ਵੀ ਮੌਤ ਹੋ ਚੁੱਕੀ ਹੈ, ਇੱਕ ਭਰਾ ਸੀ ਉਹਦੀ ਵੀ ਮੌਤ ਹੋ ਚੁੱਕੀ ਹੈ। ਇਸ ਵੀਰ ਦੀ ਅੱਜ ਤੁਸੀਂ ਪੂਰੀ ਸਟੋਰੀ ਸੁਣਿਓ ਤੇ ਦੇਖਿਓ, ਤੁਹਾਨੂੰ ਪਤਾ ਲੱਗੂ ਕਿਸਮਤ ਕਿੱਦਾਂ ਕਿਸ ਕਦਰ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਇਹ ਵੀਰ ਦਾ ਜੀਵਨ ਬਹੁਤ ਵਧੀਆ ਚੱਲਦਾ ਸੀ, ਮਾਂ ਪਿਓ ਸੀ, ਭਰਾ ਸੀ, ਪਰਿਵਾਰ ਸੀ, ਹੱਸਦਾ ਖੇਡਦਾ ਸੀ, ਸਭ ਕੁਛ ਵਧੀਆ ਤੰਦਰੁਸਤ ਸੀ, ਪੜ੍ਹਿਆ ਲਿਖਿਆ ਸੀ, JCB ਚਲਾਉਂਦਾ ਸੀ, JCB ਦਾ ਡਰਾਈਵਰ ਸੀ ਵੀਰ ਇਹ। ਪਰ ਅੱਜ ਸਾਨੂੰ ਚੰਡੀਗੜ੍ਹ 19C ਸੈਕਟਰ ਤੋਂ ਮਿਲਿਆ ਵੀਰ ਇਹ, ਬਹੁਤ ਮਾੜੀ ਹਾਲਤ 'ਚ। ਬਿਮਾਰੀ ਆ ਇਹਨੂੰ ਪਾਰਕਿੰਸਨਸ ਦੀ, ਜਿਹਨਾਂ ਦੀ ਪੂਰੀ ਬੋਡੀ ਹਿੱਲੀ ਜਾਂਦੀ ਆ, ਇਹਦੇ ਕੰਟਰੋਲ 'ਚ ਨਹੀਂ ਰਹਿੰਦੇ ਹੱਥ ਪੈਰ ਇਹਦੇ, ਡੰਡੇ ਨਾਲ ਤੁਰਦਾ ਵਿਚਾਰਾ। ਅਤੇ ਇਹ ਯੰਗ ਨੌਜਵਾਨ ਸਨੀ ਹਮੇਸ਼ਾ ਹੀ ਇੱਦਾਂ ਨਹੀਂ ਸੀ, ਮਾਂ ਬਾਪ ਸੀ, ਵਧੀਆ ਆਪਣਾ ਜੀਵਨ ਬਤੀਤ ਕਰਦਾ ਸੀ। ਪਹਿਲਾਂ ਮਾਂ ਦੀ ਮੌਤ ਹੋ ਗਈ, ਫਿਰ ਬਾਪ ਦੀ ਮੌਤ ਹੋ ਗਈ, ਫਿਰ ਦੋਨੋਂ ਭਰਾ ਸੀਗੇ, ਆਪਦਾ ਸਮਾਂ ਕੱਟੀ ਜਾਂਦੇ ਸੀ, ਵਧੀਆ 4 ਪੈਸੇ ਕਮਾਉਂਦੇ ਸੀ, JCB ਦਾ ਡਰਾਈਵਰ ਸੀ, 25-30 ਹਜ਼ਾਰ ਰੁਪਏ ਮਹੀਨੇ ਦੀ ਤਨਖਾਹ ਸੀ ਇਹਦੀ। ਅਤੇ 2 ਸਾਲ ਪਹਿਲਾਂ ਇਹਦੇ ਭਰਾ ਦੀ ਵੀ ਮੌਤ ਹੋ ਗਈ। ਅਤੇ ਜਿੱਦਣ ਇਹਨੇ ਆਪਣੇ ਭਰਾ ਦਾ ਸੰਸਕਾਰ ਕੀਤਾ,
ਭਰਾ ਦਾ ਸੰਸਕਾਰ ਕਰਕੇ ਹਟਿਆ, ਇਹਨੂੰ ਇਸ ਦਾ ਸਦਮਾ ਲੱਗਿਆ, ਇਹਦੀ ਬਿਮਾਰੀ ਜਿਹੜੀ ਇਹ ਪਾਰਕਿਸੈਂਸ ਦੀ ਹੈ ਜਿਹੜੀ ਇਹਨੂੰ ਪਹਿਲਾਂ ਪਰਿਵਾਰ 'ਚ ਸੀਗੀ ਇਹਦੇ ਬਾਪ ਨੂੰ, ਉਹ ਇਹਨੂੰ ਵੀ ਸ਼ੁਰੂ ਹੋ ਗਈ। ਵੀਰ ਦੱਸਦਾ ਜੇ ਸੀ ਵੀ ਚਲਾਉਂਦਾ ਸੀ, ਜਦੋਂ ਜੇ ਸੀ ਵੀ ਚਲਾਉਂਦੇ ਸਮੇਂ ਇੱਕਦਮ ਹੀ ਇਹਨੂੰ ਇਹ ਪਾਰਕਿਸੈਂਸ ਦੀ ਪ੍ਰੋਬਲਮ ਸ਼ੁਰੂ ਹੋਈ ਤਾਂ ਇਹ ਖੁਦ ਆਪ ਜੇ ਸੀ ਵੀ ਦੇ ਥੱਲੇ ਆ ਜਾਣਾ ਸੀ ਇਹਨੇ, ਇੰਨਾ ਪ੍ਰੋਬਲਮ ਵੱਧ ਗਈ ਸੀ ਜੇ ਸੀ ਵੀ ਦੀ ਚਪੇਟ 'ਚ ਆ ਗਿਆ ਸੀ ਵੀਰ, ਮਸਾਂ ਬਚਿਆ। ਬਸ ਉਸ ਤੋਂ ਬਾਅਦ ਜੇ ਸੀ ਵੀ ਚਲਾਉਣੀ ਵੀ ਛੁੱਟ ਗਈ, ਜਦੋਂ ਸਰੀਰ ਹੀ ਨਹੀਂ ਕੰਟਰੋਲ 'ਚ ਰਿਹਾ, ਕੰਮ ਕਾਰ ਵੀ ਨਹੀਂ ਕੋਈ ਹੁੰਦਾ ਸੀ। ਯੂਪੀ ਦੇ ਵਿੱਚ ਗੋਰਖਪੁਰ ਜ਼ਿਲ੍ਹੇ ਦੇ ਵਿੱਚ ਇਹ ਕਿਸੇ ਸਰਦਾਰ ਦੀ ਜੇ ਸੀ ਵੀ ਚਲਾਉਂਦਾ ਸੀ, ਸਰਦਾਰ ਦੇ ਸੰਪਰਕ ਸੀ ਉੱਥੋਂ। ਉਹ ਧੰਨਵਾਦ ਸਰਦਾਰ ਸਾਹਿਬ ਦਾ, ਉਹ ਵੀਰ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਦਾ ਐਡਰੈਸ ਦੇ ਕੇ, ਨੰਬਰ ਦੇ ਕੇ ਟ੍ਰੇਨ 'ਚ ਬਿਠਾ ਕੇ ਲੁਧਿਆਣੇ ਭੇਜਤਾ ਵੀ ਤੂੰ ਉੱਥੇ ਚਲੇ ਜਾ, ਵੀ ਹੁਣ ਤੂੰ ਇੱਥੇ ਰੁਲਦਾ ਫਿਰਦਾ ਕਿਤੇ ਉੱਥੇ ਕਿਤੇ ਇੱਥੇ, ਰੋਟੀ ਮੰਗ ਕੇ ਖਾਂਦਾ ਸੀ ਜਿਹੜਾ ਸਨੀ 24-25 ਹਜ਼ਾਰ ਰੁਪਏ ਮਹੀਨੇ ਦਾ ਕਮਾਉਂਦਾ ਸੀ, ਵਧੀਆ ਪਰਿਵਾਰ 'ਚ ਰਹਿੰਦਾ ਸੀ, ਉਹ ਸੜਕ 'ਤੇ ਆ ਗਿਆ, ਪਰਿਵਾਰ ਵੀ ਖਤਮ ਹੋ ਗਿਆ, ਘਰ ਵੀ ਖਤਮ ਹੋ ਗਿਆ। ਤਾਂ ਵੀਰ ਸਨੀ ਟ੍ਰੇਨ 'ਚ ਬੈਠ ਕੇ ਮਨੁੱਖਤਾ ਦੀ ਸੇਵਾ ਵੱਲ ਨੂੰ ਆ ਰਿਹਾ, ਪਤਾ ਨਹੀਂ ਕੀ ਸਬੱਬ ਬਣਿਆ ਚੰਡੀਗੜ੍ਹ ਸਟੇਸ਼ਨ 'ਤੇ ਜਾ ਪਹੁੰਚਿਆ, ਉੱਥੇ ਟ੍ਰੇਨ 'ਚੋਂ ਉੱਤਰ ਗਿਆ ਅਤੇ ਉੱਥੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮਦਾ, ਲੋਕਾਂ ਨੂੰ ਪੁੱਛਦਾ, ਇੱਦਾਂ ਹੀ ਵਿਚਾਰਾ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਰਿਹਾ। 19 ਸੈਕਟਰ ਦੇ ਵਿੱਚ ਧੰਨਵਾਦ ਭੈਣ ਦਾ ਸੁਮਨ ਬਾਲਾ ਦਾ, ਜਿਹਨੇ ਸਾਨੂੰ ਸੰਪਰਕ ਕਰਕੇ ਦੱਸਿਆ ਗੋਪਾਲ ਸਵੀਟ ਸ਼ੋਪ ਦੇ ਸਾਹਮਣੇ ਬਹੁਤ ਮਾੜੀ ਹਾਲਤ 'ਚ ਬੈਠਾ ਸੀ ਇਹ ਵੀਰ, ਅਤੇ ਇਹ ਵੀਰ ਨੂੰ ਇੱਥੇ ਪਹੁੰਚਾਉਣ ਦੇ ਵਿੱਚ ਏ ਕੇ ਡਡਵਾਲ ਵੀਰ ਆ ਜਿਹੜੇ, ਉਹਨਾਂ ਨੇ ਵੀ ਆਪਣਾ ਅਹਿਮ ਯੋਗਦਾਨ ਕੀ ਪਾਇਆ। ਉਹਨਾਂ ਨੇ ਸੁਮਨ ਬਾਲਾ ਭੈਣ ਨਾਲ ਸੰਪਰਕ ਕੀਤਾ, ਸੁਮਨ ਬਾਲਾ ਭੈਣ ਕੁਦਰਤ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਜੁੜੇ ਹੋਏ ਸੀ, ਉਹਨਾਂ ਨੇ ਫਿਰ ਸਾਡੇ ਨਾਲ ਸੰਪਰਕ ਕੀਤਾ, ਵੀਡੀਓ ਬਣਾ ਕੇ ਭੇਜੀ। ਫਿਰ ਅਸੀਂ ਭੈਣ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਡੇ ਕੋਲ ਇਸ ਵੀ ਬੱਚੇ ਨੂੰ ਪਹੁੰਚਦਾ ਕਰ ਦਿਉ, ਅਤੇ ਚੰਡੀਗੜ੍ਹ ਤੋਂ ਲੈ ਕੇ ਫਿਰ ਇੱਥੇ ਪਹੁੰਚੇ ਸਾਡੇ ਕੋਲ। ਰਜੇਸ਼ ਕੁਮਾਰ ਅਤੇ ਮੁੰਨਾ ਬਾਈ ਇਹ ਦੋ ਵੀਰ ਸਨੀ ਨੂੰ ਸਾਡੇ ਤੱਕ ਪਹੁੰਚਦਾ ਕਰਨ ਆਏ, ਤਾਂ ਜਦ ਸਨੀ ਦੀਆਂ ਗੱਲਾਂ ਸੁਣੀਆਂ, ਸਨੀ ਨਾਲ ਗੱਲ ਕੀਤੀ, ਸਨੀ ਦੀਆਂ ਜ਼ਿੰਦਗੀ ਦੇ ਪਲ ਜਦੋਂ ਯਾਦ ਕਰਦਾ, ਜਦੋਂ ਸਭ ਕੁਛ ਸੀ ਘਰ ਦੇ ਵਿੱਚ, ਭਰਾ ਸੀ, ਮਾਂ ਪਿਓ ਸੀ, ਹਰ ਖੁਸ਼ੀ ਜੋ ਅੱਜ ਹਰ ਇੱਕ ਇਨਸਾਨ ਮਾਣਦਾ, ਸਨੀ ਕਹਿੰਦਾ ਸਾਡਾ ਪਰਿਵਾਰ ਵੀ ਉੱਦਾਂ ਮਾਣਦਾ ਸੀ, ਪਰ ਵਕਤ ਨੇ ਇਕੱਲੀ ਇਕੱਲੀ ਚੀਜ਼ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਸਭ ਕੁਛ ਖੋਲਿਆ, ਅਤੇ ਅੱਜ ਜਿਹੜਾ ਇੱਕ ਹੁਨਰ ਸੀ ਜਿਹਦਾ ਜੇ ਸੀ ਵੀ ਚਲਾਉਣ ਦਾ, ਉਹ ਵੀ ਉਹਦੇ ਕੰਮ ਨਹੀਂ ਆ ਰਿਹਾ, ਕਿਉਂਕਿ ਉਹਦਾ ਸਰੀਰ ਆ ਜਿਹੜਾ ਉਹੀ ਉਹਦੇ ਕਹਿਣੇ 'ਚ ਨਹੀਂ ਰਿਹਾ, ਉਹੀ ਉਹਦੇ ਕੰਟਰੋਲ 'ਚ ਨਹੀਂ ਰਿਹਾ, ਹੱਥ ਪੈਰ ਉਹਦੇ ਕਹਿਣੇ 'ਚ ਨਹੀਂ ਹੈਗੇ। ਤੁਸੀਂ ਸੋਚ ਕੇ ਦੇਖੋ ਕਿੱਦਾਂ ਕਿਸਮਤ ਨੇ ਪਲਟੀ ਮਾਰੀ, 1-1.5 ਸਾਲ ਦੇ ਵਿੱਚ ਸਨੀ ਦਾ ਉਹ ਭਿਖਾਰੀ ਬਣਨ ਲਈ ਮੁਹਤਾਜ ਹੋ ਗਿਆ, ਮੰਗ ਮੰਗ ਕੇ ਖਾਣ ਲਈ ਮੁਹਤਾਜ ਹੋ ਗਿਆ ਉਹ ਸਨੀ, ਜਿਹੜਾ ਇੱਕ ਮਾਂ ਪਿਓ ਦਾ ਕਮਾਊ ਪੁੱਤ ਸੀ, ਮਾਂ ਪਿਓ ਦੀ ਵੀ ਸੇਵਾ ਕਰਦਾ ਸੀ, ਸੰਭਾਲ ਕਰਦਾ ਸੀ,
ਉਹਨਾਂ ਦਾ ਵੀ ਇਲਾਜ ਕਰਾਉਂਦਾ ਸੀ, ਭਰਾਵਾਂ ਦਾ ਵੀ ਇਲਾਜ ਕਰਾਉਂਦਾ ਸੀ। ਦੋ ਭਰਾ ਸੀ ਸਨੀ ਦੇ, ਦੋਨੋਂ ਹੀ ਚੱਲ ਵਸੇ। ਅਤੇ ਕਿੱਦਾਂ ਦੇ ਹਾਲਾਤ ਰਹੇ ਹੋਣਗੇ ਉਸ ਟਾਈਮ, ਆਪਣੇ ਭਰਾਵਾਂ ਦੇ ਸੰਸਕਾਰ ਕਰਕੇ ਨਿਕਲਿਆ ਅਤੇ ਉਹਨੂੰ ਸਦਮਾ ਲੱਗਿਆ ਅਤੇ ਉਹਨੂੰ ਵੀ ਆ ਪਾਰਕਿੰਸਨਸ ਦੀ ਪ੍ਰੋਬਲਮ ਆ ਜਿਹੜੀ ਸ਼ੁਰੂ ਹੋ ਗਈ। ਸੋਚਿਓ ਵੀ, ਵਿਚਾਰਿਓ ਵੀ, ਇਸ ਵੀਰ ਲਈ ਅਰਦਾਸ ਵੀ ਕਰਿਓ, ਵੀਡੀਓ ਨੂੰ ਸ਼ੇਅਰ ਵੀ ਕਰਿਓ। ਸ਼ਾਇਦ ਕੋਈ ਹੋਰ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਕੋਈ ਸੇਧ ਲੈ ਸਕੇ, ਕੋਈ ਸਮਝ ਲੈ ਸਕੇ। ਵੀ ਜਿੰਨਾ ਮਰਜ਼ੀ ਇਕੱਠਾ ਕਰ ਲਈਏ, ਗੱਠੜੀਆਂ ਬੰਨ ਬੰਨ ਕੇ, ਜਿੰਨਾ ਟਾਈਮ ਉਹਦੀ ਨਿਗਾਹ ਸਿੱਧੀ ਹੈ ਸਾਡੇ 'ਤੇ, ਉਨਾ ਟਾਈਮ ਹੀ ਹੈ ਸਭ ਕੁਛ। ਜੇ ਕਰਮਾਂ ਦੀ ਪਲਟੀ ਲੱਗ ਗਈ, ਸਭ ਕੁਛ ਹੁੰਦਿਆਂ ਹੋਇਆਂ ਵੀ ਅਸੀਂ ਮਿੱਟੀ ਹੋ ਜਾਂਦੇ ਹਾਂ। ਅਤੇ ਸਨੀ ਦਾ ਜੀਵਨ ਆਉਣ ਵਾਲਾ ਸੁਪਨਿਆਂ ਦੇ ਘਰ 'ਚ ਚੰਗੇ ਤਰੀਕੇ ਨਾਲ ਬੀਤੇ, ਅਰਦਾਸ ਕਰਿਓ ਬਸ, ਅਸੀਂ ਉਸ ਭਰਾ ਨੂੰ ਆਪਣਾ ਭਰਾ ਬਣਾ ਸਕੀਏ, ਇਸ ਪਰਿਵਾਰ ਦਾ ਮੈਂਬਰ ਬਣ ਕੇ ਸਨੀ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ। ਕਰਿਓ ਅਰਦਾਸ ਬੇਨਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।